ਹਾਂਜੀ ਦਰਸ਼ਨ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਅੱਛਾ, ਤੇ ਦਰਸ਼ਨ ਸਿੰਘ ਜੀ ਤੁਹਾਡੀ ਉਮਰ ਕਿੰਨੀ ਹੈ? 70 ਸਾਲ ਦੀ ਜੀ। ਇਹ ਜਿਹੜੀ ਪੱਥਰੀ ਐਡੀ ਬੜੀ ਜਿਹੜੀ ਹੈਗੀ ਦੇਖੋ ਆਹ ਵਾਲੀ, ਇਹਨੂੰ ਅਸੀਂ ਉਹ ਕਹਿੰਦੇ ਆ ਸਟੈਗ ਹੋਰਨ ਕੈਲਕੂਲਸ, ਕਿਉਂਕਿ ਇਹ ਮਤਲਬ ਕਿ 12 ਸਿੰਘਾਂ ਦੇ ਸਿੰਘ ਵਰਗੀ ਹੁੰਦੀ ਹੈ ਸਟੈਗ ਹੋਰਨ ਕੈਲਕੂਲਸ। ਇਹ ਸਾਰੀ ਤੁਹਾਡੀ ਕਿਡਨੀ ਦੇ ਵਿੱਚ ਰਾਈਟ ਚ ਭਰੀ ਹੋਈ ਹੈ ਨਾ, ਸੱਜੀ ਕਿਡਨੀ ਦੇ ਵਿੱਚ ਹੈ ਨਾ ਜਿਹੜੀ ਰਾਈਟ ਹੋਰਨ ਕੈਲਕੂਲਸ। ਤੇ ਇਹਦੀ ਤੁਹਾਨੂੰ ਕੀ ਤਕਲੀਫ ਸੀਗੀ? ਪੱਥਰੀ ਦੀ ਤਕਲੀਫ ਸੀਗੀ, ਉਹਨਾਂ ਨੇ ਰਾਮ ਚਰੀ ਬਾਲਣ ਕਿਹਾ ਸੀ ਤੁਹਾਡੇ ਦੋਵੇਂ ਗੁਰਦੇ ਫੇਲ ਹੋ ਗਏ ਨੇ, ਉਹ ਤੁਹਾਡਾ ਕੋਈ ਡਾਕਟਰ ਇਲਾਜ ਨਹੀਂ ਕਰ ਸਕਦਾ। ਅੱਛਾ, ਦਿੱਲੀ ਵਾਲੇ ਨੇ ਕਿਹਾ ਸੀ ਤੁਹਾਡੇ ਗੁਰਦੇ ਕੱਢਿਆ ਜਾਏਗਾ, ਪੱਥਰੀ ਨਿਕਲੇਗੀ ਨੀ, ਉਦਾਂ ਨਿਕਲੇਗੀ। ਅੱਛਾ ਅੱਛਾ, ਇਹ ਜਵਾਨ ਹਾਸਪਿਟਲ ਤੋਂ ਮੈਨੂੰ ਬੜੀ ਸਹਾਇਤਾ ਮਿਲੀ ਗਈ, ਮੇਰਾ ਬੜਾ ਦੇਖਭਾਲ ਕੀਤੀ ਗਈ, ਮੈਨੂੰ ਬਿਲਕੁਲ ਸਹੀ ਕਰ ਦਿੱਤਾ, ਮੇਰੀ ਪੱਥਰੀ ਕਰ ਦਿੱਤੀ, ਬਿਲਕੁਲ ਸਹੀ ਕਰ ਦਿੱਤੀ। ਠੀਕ ਹੈ, ਉਹ ਮੇਰੀ ਰਿਆਤ ਬੜੀ ਕੀਤੀ ਗਈ ਹੈ, 12,000 ਰੁਪਈਆ ਰਿਆਤ ਵੀ ਕੀਤੀ ਗਈ ਹੈ ਡਾਕਟਰ ਸਾਹਿਬ ਨੇ। ਚਲੋ, ਉਹ ਤਾਂ ਦੇਖੋ ਰੱਬ ਦੀ ਚਿੜੀਆਂ ਤੇ ਰੱਬ ਦੇ ਖੇਤ, ਠੀਕ ਹੈ ਨਾ, ਖਾਓ ਚਿੜੀਓ ਖਾਓ ਚਿੜੀਓ, ਰੱਬ ਦੀ ਚਿੜੀਆਂ ਰੱਬ ਦੇ ਖੇਤ, ਖਾਓ ਚਿੜੀਓ ਖਾਓ ਚਿੜੀਓ, ਹਾਂਜੀ ਖਾਓ ਚਿੜੀਓ ਆਓ ਚਿੜੀਓ, ਭਰ ਭਰ ਪੇਟ ਭਰ ਭਰ ਪੇਟ। ਹਾਂ, ਇਹ ਕੀ ਕਿਹਾ ਸੀ ਗੁਰੂ ਨਾਨਕ ਦੇਵ ਜੀ ਨੇ? ਤੁਹਾਨੂੰ ਨੀ ਪਤਾ? ਤੁਹਾਨੂੰ ਨੀ ਪਤਾ ਗੁਰੂ ਨਾਨਕ ਦੇਵ ਜੀ ਨੇ? ਇਸ ਕਰਕੇ ਜਿਹੜੀਆਂ ਚਿੜੀਆਂ ਹੈ, ਤੁਸੀਂ ਚਿੜੀ ਹੋ ਤੇ ਸਾਡਾ ਹਸਪਤਾਲ ਜਿਹੜਾ ਹੈਗਾ ਇਹ ਹੈਗੇ ਆ ਦਾਣੇ, ਜਿੱਥੇ ਤੁਹਾਨੂੰ ਸਿਹਤ ਦੇ ਦਾਣੇ ਮਿਲਣੇ ਹੈਗੇ, ਤੇ ਉਹ ਭਰ ਭਰ ਪੇਟ ਤੁਸੀਂ ਖਾਓ, ਸਵਸਥ ਹੋ ਕੇ ਜਾਓ ਤੁਸੀਂ, ਹੈ ਨਾ। ਤੇ ਤੁਹਾਨੂੰ ਮਤਲਬ ਕਿ ਇੱਕ ਹਸਪਤਾਲ ਵਾਲਿਆਂ ਨੇ ਕਿਹਾ ਵੀ ਗੁਰਦਿਆਂ ਦਾ ਓਪਰੇਸ਼ਨ ਤੁਹਾਡਾ ਨਹੀਂ ਹੋਣਾ, ਵੀ ਖਰਾਬ ਹੋ ਗਿਆ, ਕਿਸੇ ਵੀ ਨਹੀਂ ਹੋ ਸਕਦਾ, ਕਿਸੇ ਕੋਈ ਡਾਕਟਰ ਨਹੀਂ ਕਰ ਸਕਦਾ। ਅੱਛਾ, ਕੋਈ ਡਾਕਟਰ ਨਹੀਂ ਕਰ ਸਕਦਾ। ਤੇ ਉਸ ਤੋਂ ਬਾਅਦ ਕਿਹੜਾ ਦੂਜੇ ਦਿੱਲੀ ਵਾਲਿਆਂ ਨੇ ਕੀ ਕਿਹਾ? ਦਿੱਲੀ ਵਾਲਿਆਂ ਨੇ ਕਿਹਾ ਸੀ ਤੁਹਾਡਾ ਗੁਰਦਾ ਕੱਢਣਾ ਪਏਗਾ, ਗੁਰਦਾ ਕਰਨਾ ਪਏਗਾ। ਹੁਣ ਤੁਹਾਡਾ ਦੂਰਬੀਨ ਨਾਲ ਹੋ ਗਿਆ, ਬਟਨ ਦੇ ਕਾਜ ਜਿੰਨੇ ਬਹੁਤ ਅੱਛਾ ਹੋ ਗਿਆ ਜੀ, ਮੋਰੀ ਛੋਟੀ ਜੀ ਚੋਂ ਦੂਰਬੀਨ ਨਾਲ ਅੰਦਰ ਜਾ ਕੇ ਤੁਹਾਡਾ ਵਧੀਆ ਹੋ ਗਿਆ। ਤੇ ਠੀਕ ਹੈ, ਤੁਸੀਂ ਹੁਣ ਖਾ ਪੀ ਰਹੇ ਹੋ? ਹਾਂਜੀ। ਤੇ ਪਿਸ਼ਾਬ ਠੀਕ ਆ ਰਿਹਾ ਤੁਹਾਨੂੰ? ਕੋਈ ਬੁਖਾਰ ਨਹੀਂ ਹੈ? ਪਹਿਲਾਂ ਵਰਗਾ ਦਰਦ ਜਿਵੇਂ ਹੁੰਦਾ ਸੀ? ਅੱਛਾ, ਤੁਸੀਂ ਸਾਡੇ ਸਟਾਫ ਤੋਂ ਖੁਸ਼ ਹੋ? ਹਾਂ ਬਿਲਕੁਲ ਬਿਲਕੁਲ, ਸਟਾਫ ਨੇ ਬੜੀ ਬੱਚੀ ਨੇ ਸੇਵਾ ਕੀਤੀ, ਤੁਸੀਂ ਬੜੀ ਦੇਖਭਾਲ ਕੀਤੀ ਸਾਡੀ, ਸਾਰੇ ਭਾਈ ਸਾਹਿਬ ਨੇ ਬੜੀ ਸੇਵਾ ਕੀਤੀ। ਉਹ ਕਿਹੜੀ ਕੁੜੀ ਸੀ ਵੀ ਜਿਹਨੇ ਰੋਟੀ ਵੀ ਖਵਾਈ ਸੀ? ਖਵਾਈ ਮਾਤਾ ਜੀ ਘੱਟ ਆਉਂਦੇ ਸੀਗੇ। ਹੈ, ਚਲੋ, ਤੁਸੀਂ ਇੰਨਾ ਵਾਹਿਗੁਰੂ ਪਰਮਾਤਮਾ ਦਾ ਸ਼ੁਕਰ ਹੈ। ਹਾਂ, ਤੁਹਾਡਾ ਵੀ ਸ਼ੁਕਰ ਹੈ ਜੀ ਡਾਕਟਰ ਸਾਹਿਬ, ਜਿਹਨਾਂ ਨੇ ਸਾਨੂੰ ਜਾਨ ਬਖਸ਼ੀ ਹੈ। ਸੰਜੀਵ ਨੇ ਵੀ, ਦਰਸ਼ਨਾ ਨੇ ਵੀ ਤੁਹਾਡੀ ਸੇਵਾ ਕੀਤੀ, ਮਾਸਟਰ ਜੀ ਚਮਨ ਲਾਲ ਜੀ ਨੇ, ਬੱਚੀ ਨੇ, ਸਾਰੀਆਂ ਬੱਚੇ ਤੋਂ ਬਾਅਦ ਸੇਵਾ ਕੀਤੀ ਹੈ। ਅੱਛਾ ਅੱਛਾ, ਜਿਸ ਤਰ੍ਹਾਂ ਜੀਵਨ ਰਹੇਗਾ ਮੈਂ ਇਹਨਾਂ ਨੂੰ ਸਾਰਿਆਂ ਨੂੰ ਸ਼ੀਸ਼ਾ ਦਿੰਦਾ ਰਹਾਂਗਾ, ਤੁਹਾਨੂੰ ਵੀ ਦਿੰਦਾ ਰਹਾਂਗਾ ਸ਼ੀਸ਼ਾ, ਤੁਹਾਡੇ ਦੀ ਕਿਰਪਾ, ਮਾਲਕ ਦੀ ਕਿਰਪਾ ਹੈ, ਕਿਉਂਕਿ ਜੇ ਮਾਲਕ ਦੀ ਕਿਰਪਾ ਹੋਵੇ ਨਾ ਉਹ ਕਿਸੇ ਚੀਜ਼ ਦਾ ਘਾਟਾ ਨਹੀਂ ਹੋਵੇਗਾ, ਮਾਲਕ ਤੁਹਾਡੀ ਵੀ ਕਿਰਪਾ ਹੈ, ਔਰ ਤੁਹਾਡਾ ਪੂਰੇ ਸੰਸਾਰ ਦੇ ਨਾਂ ਚੱਲੇ, ਆਪਾਂ ਜੇ ਅਰਦਾਸ ਕਰਨੇ ਆ ਮਾਲਕ ਅੱਗੇ, ਇਹ ਤੁਹਾਡਾ ਨਾਂ ਚੱਲੇ ਪੂਰੇ ਦੇਸ਼ ਵਿੱਚ, ਔਰ ਚੱਲਦਾ ਵੀ ਪਿਆ, ਮੈਂ ਤੁਹਾਡੀ ਬੜੀ ਚਰਚਾ ਸੁਣ ਕੇ ਆਇਆ ਇੱਥੇ, ਔਰ ਮੈਨੂੰ ਇੱਕ ਬੀਬੀ ਦੱਸੀ ਜੋ ਚੰਡੀਗੜ੍ਹ ਜਵਾਬ ਮਿਲ ਗਿਆ ਸੀ, ਉਹਨਾਂ ਨੇ ਕਿਹਾ ਸੀ ਵੀ ਉੱਥੇ ਚਲੇ ਜਾ ਜਵਾਨ ਹਾਸਪਿਟਲ, ਉੱਥੇ ਮੈਨੂੰ ਵੀ ਡਾਕਟਰ ਨੇ ਜਵਾਬ ਤੇ ਚੰਡੀਗੜ੍ਹ ਦਿੱਤਾ ਸੀ ਤੇ ਡਾਕਟਰ ਸਾਹਿਬ ਨੇ ਸਹੀ ਕੀਤਾ, ਜਵਾਨ ਹਾਸਪਿਟਲ ਸਹੀ ਹੋਈ ਸਾ, ਤੇ ਤੁਸੀਂ ਵੀ ਚਲੇ ਜਾਓ ਰੋਵੋ ਘੁੱਟੋ ਨਾ, ਜਦੋਂ ਉਹਨਾਂ ਨੇ ਰਾਮਾਚਾਰੀ ਵਾਲੇ ਸਾਨੂੰ ਜਵਾਬ ਦਿੱਤਾ, ਘਰ ਦੇ ਬੜੇ ਰੋਂਦੇ ਪਿੱਟਦੇ ਪਏ ਸਨ, ਉਹ ਵਿਚਾਰੀ ਸੁਣ ਕੇ ਮੁਹੱਲੇ ਚ ਆਏ, ਉਹ ਆਖਣ ਲੱਗੇ ਜੀ ਰੋਵੋ ਘੁੱਟੋ ਨਾ, ਤੁਸੀਂ ਜਾ ਕੋਸ਼ਿਸ਼ ਕਰ ਲਓ, ਉਹ ਮੈਨੂੰ ਉਹਨਾਂ ਜਵਾਬ ਦਿੱਤਾ ਚੰਡੀਗੜ੍ਹੋਂ, ਤੇ ਮੈਨੂੰ ਡਾਕਟਰ ਸਾਹਿਬ ਨੇ ਸਹੀ ਕੀਤਾ ਸੀ ਉੱਥੇ ਜਵਾਨ ਹਾਸਪਿਟਲੋਂ, ਤੇ ਸਾਨੂੰ ਵੀ ਇੱਥੇ ਭੇਜਿਆ ਬੀਬੀ ਨੇ, ਅਸੀਂ ਇਸ ਵਾਸਤੇ ਆਏ ਹਾਂ, ਬਿਲਕੁਲ ਸਹੀ ਹੋ ਗਿਆ, ਅਸੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਬਿਲਕੁਲ ਸਹੀ ਸਾਰਾ ਪ੍ਰੋਬਲਮ ਹੋ ਗਿਆ ਸਾਰਾ, ਹਾਲਾਤ ਸਾਡਾ ਵਧੀਆ ਹੋ ਗਿਆ। ਚਲੋ ਜੀ, ਪਰਮਾਤਮਾ ਦਾ ਸ਼ੁਕਰ ਹੈ, ਤੁਸੀਂ ਅੱਛੀ ਤਰ੍ਹਾਂ ਹੋ ਕੇ ਘਰ ਜਾ ਰਹੇ ਹੋ ਠੀਕ ਠਾਕ, ਸਾਨੂੰ ਬਹੁਤ ਖੁਸ਼ੀ ਹੈ ਜੀ। ਅੱਛਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।